ਗੁਰਜੀਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦਾ ਲਾਸਟ ਜਰਨਲ ਦੇ ਇਸ ਤੀਜੇ ਭਾਗ ਦੇ ਵਿੱਚ ਅਸੀਂ ਜਿਸ ਕੌਮੀ ਯੋਧੇ ਦੀ ਗੱਲ ਸਾਂਝੀ ਕਰਨ ਲੱਗੇ ਹਾਂ ਉਹ ਉਹ ਯੋਧਾ ਹੈ ਜਿਸ ਦੇ ਬਾਰੇ 1850 ਦੇ ਵਿੱਚ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਜਦੋਂ ਉਸ ਨੂੰ ਗ੍ਰਫਤਾਰ ਕੀਤਾ ਤਾਂ ਇਹ ਗੱਲ ਕਹੀ ਕਿ ਅੱਜ ਜਿਸ ਜਹਾਦਰ ਨੂੰ ਅਸੀਂ ਗ੍ਰਫਤਾਰ ਕੀਤਾ ਉਹਦੇ ਚਿਹਰੇ ਦੀ ਰੋਹਾਨੀਅਤ ਉਹਦੀ ਦ੍ਰਿੜਤਾ ਤੇ ਉਹਦੀ ਦਲੇਰੀ ਦੇ ਵਿੱਚੋਂ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਜੋਸ਼ਵਾਲੇ ਨੌਜਵਾਨਾਂ ਦੇ ਵਾਸਤੇ ਈਸਾ ਮਸੀਹ ਹੋਵੇ। ਇਹੀ ਭੂਮਿਕਾ ਉਸਨੇ ਆਪਣੀ ਗ੍ਰਫਤਾਰੀ ਦੇ ਨੋਟ ਦੇ ਵਿੱਚ ਲਿਖੀ। ਜਦੋਂ ਇਸ ਯੋਧੇ ਨੂੰ ਗ੍ਰਫਤਾਰ ਕਰਕੇ ਕਲਕੱਤੇ ਆਇਆ ਗਿਆ। ਕਲਕੱਤੇ ਇਸ ਦੇ ਉੱਪਰ ਦੇਸ਼ ਧਰੋਹ ਦਾ ਅੰਗਰੇਜ਼ੀ ਸਰਕਾਰ ਦੇ ਖਿਲਾਫ ਬਗਾਵਤ ਦਾ ਮੁਕੱਦਮਾ ਚੱਲਿਆ। ਤਾਂ ਉਸ ਵੇਲੇ ਜਦੋਂ ਇਸ ਨੂੰ ਕਲਕੱਤੇ ਤੋਂ ਬਾਹਰ ਕਾਲਾ ਪਾਣੀ ਜਿਸ ਨੂੰ ਕਿਹਾ ਜਾਂਦਾ ਸੀ ਉਸ ਵੇਲੇ ਸਿੰਗਾਪੁਰ ਦੀ ਜੇਲ੍ਹ ਵੱਲ ਤੋਰਿਆ ਗਿਆ। ਤਾਂ ਜਦੋਂ ਇਹਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਤਾਂ ਉਸ ਤੋਂ ਪਹਿਲਾਂ ਰਸਤੇ ਦੇ ਵਿੱਚ ਕਿਹਾ ਗਿਆ ਕਿ ਇਸ ਖਤਰਨਾਕ ਕੈਦੀ ਦੇ ਸੰਗਲ ਬੇੜੀਆਂ ਤੇ ਹੱਥ ਘੜੀਆਂ ਡੂੰਘੇ ਸਮੁੰਦਰ ਦੇ ਵਿੱਚ ਜਾ ਕੇ ਖੋਲਣੀਆਂ ਨੇ ਫਿਰ ਇਸ ਯੋਧੇ ਨੂੰ ਸਿੰਗਾਪੁਰ ਦੀ ਜੇਲ੍ਹ ਦੇ ਵਿੱਚ ਕੈਦ ਕੀਤਾ ਗਿਆ ਉੱਥੋਂ ਜਦੋਂ ਇਸ ਦੀ ਸਰੀਰ ਦੀ ਹਾਲਤ ਦਿਨੋ ਦਿਨ ਜ਼ਰਜ਼ਰੀ ਹੁੰਦੀ ਗਈ ਤਾਂ ਉੱਥੋਂ ਦੇ ਡਾਕਟਰ ਨੇ ਹਿੰਦੁਸਤਾਨ ਦੇ ਅੰਗਰੇਜ਼ੀ ਅਫਸਰਾਂ ਨੂੰ ਚਿੱਠੀ ਲਿਖੀ ਜੇਲ੍ਹ ਦੇ ਸੁਪਰਡੈਂਡ ਨੇ ਔਰ ਉੱਥੋਂ ਦੇ ਮੈਡੀਕਲ ਇੰਚਾਰਜ ਨੇ ਕਿ ਇਸ ਕੈਦੀ ਦਾ ਵਰਤਾਅ ਬੜਾ ਚੰਗਾ ਹੈ ਪਰ ਇਸ ਦੀ ਸਰੀਰਕ ਹਾਲਤ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਜੇਕਰ ਇਸ ਨੂੰ ਕੁਛ ਚਿਰ ਬਾਹਰ ਨਿਕਲਣ ਦੀ ਇਜਾਜ਼ਤ ਦੇ ਦਿੱਤੀ ਜਾਵੇ ਤਾਂ ਹੋ ਸਕਦਾ ਇਸ ਦੀ ਸਿਹਤ ਦੇ ਵਿੱਚ ਸੁਧਾਰ ਹੋ ਜਾਵੇ ਪਰ ਉਸ ਵੇਲੇ ਭਾਰਤੀ ਹਕੂਮਤ ਜਿਹੜੀ ਅੰਗਰੇਜ਼ਾਂ ਵੱਲੋਂ ਉੱਥੇ ਕਾਬਜ਼ ਸੀ ਉਹਨਾਂ ਵੱਲੋਂ ਚਿੱਠੀ ਦਾ ਜਵਾਬ 1853 ਦੇ ਵਿੱਚ ਆਇਆ ਕਿ ਇਸ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਬਹੁਤ ਹੀ ਖਤਰਨਾਕ ਬਾਗੀ ਹੈ ਇਹ ਖਤਰਨਾਕ ਬਾਗੀ ਕੌਣ ਸੀ ਇਹ ਦੀ ਸਾਰੀ ਜੀਵਨ ਇਦੀ ਕਹਾਣੀ ਕਿਸ ਤਰ੍ਹਾਂ ਦੇ ਨਾਲ ਇਹ ਕੱਲਾ ਮਨੁੱਖ ਅੰਗਰੇਜ਼ਾਂ ਦੇ ਖਿਲਾਫ ਸੰਘਰਸ਼ ਦੇ ਵਿੱਚ ਸਮੁੱਚੀ ਕੌਮियत ਨੂੰ ਇਕੱਠਾ ਕਰਕੇ ਇੱਕ ਸੰਘਰਸ਼ ਨੂੰ ਸਿਰਜਣ ਦੇ ਵਿੱਚ ਯਤਨ ਕਰਦਾ ਰਿਹਾ ਉਸ ਸਾਰੀ ਘਟਨਾ ਕਰਨ ਨੂੰ ਜਾਣਨ ਦੇ ਵਾਸਤੇ ਸਾਨੂੰ ਜਾਣਾ ਪਵੇਗਾ 1839 ਦਾ ਉਹ ਦਿਨ ਜਦੋਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਮੌਤ ਦੇ ਬਿਸਤਰ ਦੇ ਉੱਪਰ ਪਿਆ ਹੈ ਮੌਤ ਦੇ ਬਿਸਤਰ ਉੱਪਰ ਪਏ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਰੇ ਖਾਨਦਾਨ ਦੇ ਸ਼ਹਿਜ਼ਾਦਿਆਂ ਨੂੰ ਆਪਣੇ ਸਫੀਰਾਂ ਨੂੰ ਆਪਣੇ ਸਿਆਣਾ ਪੱਤਿਆਂ ਨੂੰ ਵਜ਼ੀਰਾਂ ਨੂੰ ਇਕੱਠਿਆ ਕੀਤਾ ਤੇ ਇਕੱਠਿਆਂ ਕਰਕੇ ਉਸ ਨੇ ਇੱਕ ਗੱਲ ਕਹੀ ਹੈ ਉਸ ਨੇ ਕਿਹਾ ਹੈ ਕਿ ਮੈਂ ਖਿੰਡੇ ਹੋਏ ਮੋਤੀਆਂ ਦੇ ਵਾਂਗ ਇਹਨਾਂ ਮਿਸਲਾਂ ਨੂੰ ਇਕੱਠਿਆਂ ਕਰਕੇ ਇੱਕ ਰਾਸ ਦਾ ਜਨਮ ਦਿੱਤਾ ਸੀ ਵੇਖਿਓ ਜਦੋਂ ਤੁਸੀਂ ਆਪਸ ਵਿੱਚ ਲੜੋਗੇ ਤਾਂ ਮੇਰੀ ਰੂਹ ਕਲਪੇਗੀ ਕਿਉਂਕਿ ਜੋ ਕੁਝ ਡੋਗ ਰਿਆ ਨੇ ਉਸ ਸਮੇਂ ਕਰਨਾ ਸ਼ੁਰੂ ਕਰ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਆਉਣ ਵਾਲੇ ਭੁਖ ਤੋਂ ਵਾਕਿਫ ਸੀ ਉਸਨੇ ਕਿਹਾ ਕੇਵਲ ਮੇਰੀ ਤੁਹਾਡੇ ਅੱਗੇ ਇੱਕ ਬੇਨਤੀ ਹੈ ਕਿ ਜਿਹੜਾ ਗੁਰੂ ਪਾਸ਼ਾ ਨੇ ਖੰਡੇ ਤੇ ਬਾਟੇ ਦੀ ਪਹਿਲ ਸਾਨੂੰ ਦਿੱਤੀ ਸੀ ਉਸ ਦਾ ਇੱਕ ਮਤਲਬ ਸਮਝਿਓ ਰਣਜੀਤ ਸਿੰਘ ਦੇ ਆਖਰੀ ਬੋਲ ਸੀ ਕਿ ਤੁਸੀਂ ਭਰਾਵਾਂ ਵਾਂਗੂ ਆਪਸ ਵਿੱਚ ਇਸ ਤਰ੍ਹਾਂ ਘੁਲ ਮਿਲ ਕੇ ਰਹੋ ਜਿਸ ਤਰ੍ਹਾਂ ਖੰਡੇ ਬਾਟੇ ਦੀ ਪਾਹਲ ਦੇ ਵਿੱਚ ਪਤਾਸੇ ਘੁਲ ਜਾਂਦੇ ਨੇ ਪਰ ਜੇ ਕਿਤੇ ਵੈਰੀ ਹਮਲਾਵਰ ਹੋ ਕੇ ਆਵੇ ਤਾਂ ਤੁਸੀਂ ਉਸ ਖੰਡੇ ਬਾਟੇ ਦੇ ਵਿੱਚ ਫੇਰੇ ਜਾ ਰਹੇ ਖੰਡੇ ਦੇ ਵਾਂਗੂ ਆਪਣੀ ਇਕੱਠਤਾ ਤੇ ਭੂਮਿਕਾ ਨਾ ਪਾਇਓ ਅਖੀਰ ਕੌਮ ਦਾ ਇਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ 1839 ਦੇ ਵਿੱਚ ਅੱਖਾਂ ਮੀਟ ਗਿਆ ਉਸ ਲਈ ਮਹਾਰਾਜਾ ਖੜਕ ਸਿੰਘ ਨੂੰ ਰਾਜਦਿਕ ਦੇ ਦਿੱਤਾ ਗਿਆ ਮਹਾਰਾਜਾ ਖੜਕ ਸਿੰਘ ਅਜੇ ਕੁਝ ਸਭ ਮਹੀਨਿਆਂ ਦੇ ਬਾਅਦ ਉਸ ਨੂੰ ਵੀ ਬਿਮਾਰੀ ਦੀ ਹਾਲਤ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਔਰ ਉਸ ਦੇ ਬੇਟੇ ਕਬਰ ਨਾਨ੍ਹਾਲ ਸਿੰਘ ਨੂੰ ਗੱਦੀ ਦੇ ਉੱਪਰ ਬਿਠਾ ਦਿੱਤਾ ਗਿਆ 1840 ਦੇ ਵਿੱਚ ਕਮਰ ਖੜਕ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਬੇਟਾ ਬੜੀ ਸਾਸ਼ੀ ਵਿਧੀ ਦੇ ਨਾਲ ਮੰਜੇ ਤੇ ਪਏ ਨੂੰ ਡੋਗਰਿਆਂ ਨੇ ਜ਼ਹਿਰ ਦੇ ਦੇ ਕੇ ਉਸ ਨੂੰ ਵੀ ਧਿਆਨ ਸਿੰਘ ਡੋਗਰੇ ਹੋਣਾ ਨੇ ਖਤਮ ਕਰ ਦਿੱਤਾ ਜਦੋਂ ਉਸ ਦਾ ਸੰਸਕਾਰ ਕਰਨ ਦੇ ਵਾਸਤੇ ਸਾਰਾ ਪਰਿਵਾਰ ਉਹਦੀ ਚਿਖਾ ਦੇ ਉੱਪਰ ਖੜਾ ਹੈ ਉਸ ਦੀ ਪਤਨੀ ਬੀਬੀ ਚੰਦਕੌਰ ਉਸ ਦੀ ਨੌ ਬੀਬੀ ਨਾਨਕੀ ਜਿਹੜੀ ਸ਼ਾਮ ਸਿੰਘ ਟਾਰੀ ਵਾਲੇ ਦੀ ਬੇਟੀ ਤੇ ਕਵਰ ਨੌ ਨਿਹਾਲ ਸਿੰਘ ਦੀ ਪਤਨੀ ਸੀ ਸਾਰੀਆਂ ਪਰਿਵਾਰ ਦੀਆਂ ਔਰਤਾਂ ਤੇ ਸਾਰੇ ਮਰਦ ਉੱਥੇ ਅਥਰੂ ਵਹਾ ਰਹੇ ਨੇ ਕਿ ਜੇ ਇੱਕ ਸਾਲ ਹੋਇਆ ਸੀ ਸ਼ੇਰੇ ਪੰਜਾਬ ਦੀ ਮੌਤ ਹੋਈ ਅੱਜ ਉਸ ਘਰ ਦੇ ਵਿੱਚ ਦੂਸਰੀ ਮੌਤ ਹੋ ਗਈ ਹੈ ਤਾਂ ਉਸੇ ਵੇਲੇ ਬੀਆ ਉਦਮ ਸਿੰਘ ਸਾਜੀ ਢੰਗ ਦੇ ਨਾਲ ਕਵਰ ਨੌਨਿਹਾਲ ਸਿੰਘ ਨੂੰ ਹੱਥ ਫੜ ਕੇ ਕਿਲੇ ਵੱਲ ਲੈ ਕੇ ਜਾਂਦਾ ਹੈ ਰਸਤੇ ਦੇ ਵਿੱਚ ਜਾ ਕੇ ਇੱਕ ਬੜੀ ਸਾਜ਼ਿਸ਼ੀ ਵਿੱਚ ਦੀ ਦੇ ਨਾਲ ਤਿਆਰ ਕੀਤੀ ਕਿਲੇ ਦੀ ਡਾਟ ਡਿਗਦੀ ਹੈ ਤੇ ਕਵਰ ਨੌਨਿਹਾਲ ਸਿੰਘ ਜਕਮੀ ਹੋ ਜਾਂਦਾ ਹੈ ਕਰਨਲ ਗਾਰਡਨਰ ਲਿਖਦਾ ਹੈ ਕਿ ਉਹ ਸਭ ਕੁਝ ਪਲਾਨ ਕੀਤਾ ਗਿਆ ਕਿਲੇ ਦੀ ਡਾਟ ਦੇ ਵਿੱਚ ਬਰੂਦ ਭਰਿਆ ਗਿਆ ਸਿਵਲ ਵਰਦੀ ਦੇ ਵਿੱਚ ਤੋਪਖਾਨੇ ਦੇ ਕੁਝ ਜਵਾਨ ਲਿਆਂਦੇ ਗਏ ਤੇ ਉਹ ਚੁੱਕ ਕੇ ਕਵਰ ਨੌਨਿਹਾਲ ਸਿੰਘ ਨੂੰ ਅੰਦਰ ਲੈ ਗਏ 19 ਸਾਲ ਦੀ ਉਮਰ ਦਾ ਹੈ ਸ਼ਹਾਜਾਦਾ ਕਵਰ ਨੌਨਿਹਾਲ ਸਿੰਘ ਜਦੋਂ ਅੰਦਰ ਲਜਾਇਆ ਗਿਆ ਤਾਂ ਉਸ ਵੇਲੇ ਗਾਰਡਨਰ ਲਿਖਦਾ ਹੈ ਕਿ ਜਿਸ ਚਾਦਰ ਦੇ ਉੱਪਰ ਉਸ ਨੂੰ ਲਟਾਇਆ ਗਿਆ ਸੀਗਾ ਇੱਕ ਪੈਸੇ ਜਿੰਨਾ ਇੱਕ ਸਿੱਕੇ ਜਿੰਨਾ ਖੂਨ ਦਾ ਨਿਸ਼ਾਨ ਸੀ ਪਰ ਜਦੋਂ ਅਗਲੇ ਦਿਨ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਅੰਦਰ ਖੂਨ ਦਾ ਛੱਪੜ ਲੱਗਾ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਉਸ ਪੁੱਤਰੇ ਕਮਰ ਨੌਂਦੇਵਾਲ ਸਿੰਘ ਨੂੰ ਡੋਗਰਿਆਂ ਨੇ ਪੱਥਰ ਮਾਰ-ਮਾਰ ਕੇ ਉੱਥੇ ਖਤਮ ਕਰ ਦਿੱਤਾ ਸਿੱਖ ਸਰਦਾਰ ਇਕੱਠੇ ਹੋਏ ਕਿਉਂਕਿ ਦੋ ਦਿਨਾਂ ਦੇ ਵਿੱਚ ਉਸ ਰਾਜ ਦੀਆਂ ਦੋ ਮੌਤਾਂ ਪਹਿਲਾ ਪੁੱਤਰ ਦੀ ਮੌਤ ਫਿਰ ਉਸ ਪੋਤਰੇ ਦੀ ਮੌਤ ਜਿਸ ਦੇ ਬਾਰੇ ਅੰਗਰੇਜ਼ ਖੁਦ ਕਹਿੰਦੇ ਨੇ ਜੇਕਰ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਦਾ ਇਹ ਚਿਰਾਗ ਨਾ ਬੁਝਦਾ ਤਾਂ ਸ਼ਾਇਦ ਅੱਜ ਹਿੰਦੁਸਤਾਨ ਦਾ ਰਖਸ਼ਾ ਕੁਝ ਹੋਰ ਹੁੰਦਾ 12 ਸਾਲ ਦੀ ਉਮਰ ਦੇ ਚ ਉਸ ਨੌਜਵਾਨ ਨੇ ਤੋਬ ਤਿਆਰ ਕੀਤੀ ਉਸ ਨੇ ਇੰਨੀ ਨੀਤੀ ਦੇ ਨਾਲ ਕਈ ਜੰਗਾਂ ਦੇ ਵਿੱਚ ਔਰ ਕਈ ਮੁਹਿੰਮਾਂ ਦੇ ਵਿੱਚ ਅਹਿਮੀਅਤ ਦੇ ਨਾਲ ਹਿੱਸਾ ਲਿਆ ਕਿ ਸਾਰੀ ਸਿੱਖ ਰਾਜ ਨੂੰ ਉਸ ਕਮਰ ਨੌਨਿਹਾਲ ਸਿੰਘ ਦੀ ਯੋਗਤਾ ਦੇ ਪ੍ਰਮਾਣ ਸੀ ਕਮਰ ਨੌਨਿਹਾਲ ਸਿੰਘ ਦੀ ਮੌਤ ਹੋਈ ਤਾਂ ਉਸ ਦੇ ਸਿੱਖ ਸਰਦਾਰਾਂ ਨੇ ਮਿਲ ਕੇ ਰਾਏ ਕੀਤੀ ਕਿ ਇਸ ਦੀ ਪਤਨੀ ਬੀਬੀ ਨਾਨਕੀ ਹੈ ਗਰਭਵਤੀ ਹੈ ਜੇਕਰ ਉਹਦੀ ਕੁੱਖ ਦੇ ਵਿੱਚੋਂ ਪੁੱਤਰ ਜਨਮ ਲਵੇਗਾ ਤਾਂ ਉਸ ਨੂੰ ਰਾਜ ਤਲਕ ਕੀਤਾ ਜਾਵੇਗਾ ਜਦੋਂ ਡੋਗਰਿਆਂ ਨੂੰ ਇਹ ਪਤਾ ਲੱਗਾ ਕਿ ਕਵਰ ਨੌ ਨਿਹਾਲ ਸਿੰਘ ਦੀ ਪਤਨੀ ਦੀ ਕੁੱਖ ਤੋਂ ਜਨਮ ਲੈਣ ਵਾਲਾ ਬੱਚਾ ਇਸ ਰਾਜ ਦਾ ਮੁਖੀ ਬਣੇਗਾ ਤਾਂ ਉਹਨਾਂ ਨੇ ਬੀਬੀ ਨਾਨਕੀ ਨੂੰ ਜ਼ਹਿਰ ਦੇ ਕੇ ਖਤਮ ਕਰਵਾ ਦਿੱਤਾ ਉਹਦੀ ਕੁੱਖ ਦੇ ਵਿੱਚ ਜਿਹੜਾ ਪੁੱਤਰ ਸੀ ਉਹ ਵੀ ਖਤਮ ਹੋ ਗਿਆ ਹੁਣ ਜਦੋਂ ਇਹ ਇੱਕ ਪੀੜੀ ਜਿਹੜੀ ਕਵਰ ਖੜਕ ਸਿੰਘ ਤੋਂ ਖਤਮ ਹੋਈ ਸੀ ਉਹਦੇ ਪੋਤਰੇ ਤੱਕ ਉਹ ਜਦੋਂ ਖਤਮ ਹੋ ਗਈ ਤਾਂ ਉਸ ਵੇਲੇ ਸਿੱਖ ਸਰਦਾਰਾਂ ਨੇ ਸੋਚਿਆ ਕਿ ਉਹ ਨਾ ਬਟਾਲੇ ਤੋਂ ਮਹਾਰਾਜਾ ਸ਼ੇਰ ਸਿੰਘ ਨੂੰ ਬੁਲਾ ਕੇ ਰਾਜ ਤਲਕ ਕੀਤਾ ਜਾਵੇ ਮਹਾਰਾਜਾ ਸ਼ੇਰ ਸਿੰਘ ਦੇ ਰਾਜ ਤਲਕ ਦੀ ਤਿਆਰੀ ਹੋਈ ਤਾਂ ਉਸ ਵੇਲੇ ਗਿਆਨੀ ਗੁਰਮukh ਸਿੰਘ ਉਹਨਾਂ ਨੇ ਸਲਾਹ ਕੀਤੀ ਕਿ ਇਹ ਰਾਜ ਇਕੱਠਾ ਰਹਿ ਸਕਦਾ ਹੈ ਕੌਮ ਦਾ ਰਾਜ ਬਚ ਸਕਦਾ ਹੈ ਜੇਕਰ ਕਵਰ ਖੜਕ ਸਿੰਘ ਦੀ ਘਰ ਵਾਲੀ ਬੀਬੀ ਚੰਦਕੌਰ ਤੇ ਮਹਾਰਾਜਾ ਸ਼ੇਰ ਸਿੰਘ ਦਾ ਆਨੰਦ ਕਾਰਜ ਕਰ ਦਿੱਤਾ ਜਾਵੇ ਅਜੇ ਇਹ ਤਰਕੀਬਾਂ ਸੋਚੀਆਂ ਹੀ ਜਾ ਰਹੀਆਂ ਸੀ ਕਿ ਜਦੋਂ ਡੋਗਰਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਉਹਨਾਂ ਨੇ ਸੁੱਤੀ ਪਈ ਚੰਦਕੌਰ ਦੇ ਸਿਰ ਦੇ ਵਿੱਚ ਪੱਥਰ ਮਰਵਾ ਕੇ ਉਸ ਨੂੰ ਵੀ ਖਤਮ ਕਰ ਦਿੱਤਾ। ਉਸ ਤੋਂ ਬਾਅਦ ਸਾਡੇ ਉਹਨਾਂ ਦੇ ਸਾਹਮਣੇ ਵੱਡਾ ਰੋੜਾ ਸੀ ਕਿ ਕਿਸ ਤਰ੍ਹਾਂ ਦੇ ਨਾਲ ਮਹਾਰਾਜਾ ਸ਼ੇਰ ਸਿੰਘ ਨੂੰ ਖਤਮ ਕੀਤਾ ਜਾਵੇ। ਮਹਾਰਾਜਾ ਸ਼ੇਰ ਸਿੰਘ ਨੂੰ ਖਤਮ ਕਰਨ ਦੇ ਵਾਸਤੇ ਉਹਨਾਂ ਸਰਦਾਰ ਅਤਰ ਸਿੰਘ, ਸਰਦਾਰ ਅਜੀਤ ਸਿੰਘ ਤੇ ਗੁਰਮਤ ਸਿੰਘ ਮੁਸਾਫਰ ਨੂੰ ਕੁਝ ਐਸੇ ਝੂਠੇ ਦਸਤਾਵੇਜ਼ ਬਣਾ ਕੇ ਵਿਖਾਏ ਕਿ ਇਹ ਤੁਹਾਨੂੰ ਖਤਮ ਕਰਨਾ ਚਾਹੁੰਦਾ ਹੈ। ਸੋ ਸਿੱਖ ਸਰਦਾਰਾਂ ਦੇ ਹੱਥੋਂ ਸ਼ੇਰ ਸਿੰਘ ਨੂੰ ਕਤਲ ਕਰਵਾ ਦਿੱਤਾ ਗਿਆ ਜਦੋਂ ਸ਼ੇਰ ਸਿੰਘ ਨੂੰ ਕਤਲ ਕਰਕੇ ਇਹ ਸਰਦਾਰ ਬਾਹਰ ਨਿਕਲੇ ਨੇ ਤਾਂ ਉਸ ਦਾ 21 ਸਾਲ ਦਾ ਬੇਟਾ ਟਿੱਕਾ ਪ੍ਰਤਾਪ ਸਿੰਘ ਬਾਹਰ ਖੜਾ ਸੀ ਇਹਨਾਂ ਨੇ ਉਹਦਾ ਵੀ ਸਿਰ ਵੱਢ ਲਿਆ ਸੋ ਇਹ ਜਿਹੜਾ ਪਰਿਵਾਰ ਸੀ ਇਹ ਵੀ ਡੋਗਰਿਆਂ ਨੇ ਸਿੱਖਾਂ ਦੇ ਹੱਥੋਂ ਖਤਮ ਕਰਵਾ ਦਿੱਤਾ ਉਸ ਤੋਂ ਬਾਅਦ ਜਦੋਂ ਸਿੱਖ ਸਰਦਾਰਾਂ ਨੂੰ ਡੋਗਰਿਆਂ ਦੀਆਂ ਚਾਲਾਂ ਦਾ ਪਤਾ ਲੱਗਾ ਤਾਂ ਉਹਨਾਂ ਨੇ ਧਿਆਨ ਸਿੰਘ ਨੂੰ ਕਤਲ ਕਰ ਦਿੱਤਾ ਪਰ ਉਹਦੇ ਤੋਂ ਪਹਿਲਾਂ ਕੁਸ਼ਕ ਘਟਨਾਵਾਂ ਹੋਰ ਵਾਪਰ ਚੁੱਕੀਆਂ ਕੇ ਮਹਾਰਾਜਾ ਰਣਜੀਤ ਸਿੰਘ ਦਾ ਤੀਸਰਾ ਬੇਟਾ ਕਵਰ ਪਸ਼ੋਰਾ ਸਿੰਘ ਜਿਹੜਾ ਕਿ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਦੇ ਨਾਲ ਉਸ ਵੇਲੇ ਕਾਬਲ ਦੇ ਰਾਜੇ ਦੇ ਨਾਲ ਕੋਈ ਸੰਧੀ ਕਰਕੇ ਅੰਗਰੇਜ਼ਾਂ ਨੂੰ ਕਾਬਜ਼ ਹੋਇਆ ਜਾਵੇ ਤੇ ਉਸ ਰਾਜ ਨੂੰ ਦੁਬਾਰਾ ਲਿਆ ਜਾਵੇ ਜਦੋਂ ਉਹ ਉਸ ਇਲਾਕੇ 'ਚ ਗਿਆ ਸੀ ਤੇ ਡੋਗਰਿਆਂ ਨੇ ਜਵਾਹਰ ਸਿੰਘ ਦੀ ਮਦਦ ਦੇ ਨਾਲ ਗੁਰਦੁਆਰਾ ਪੰਜਾ ਸਾਹਿਬ ਮੱਥਾ ਟੇਕਣ ਉਸ ਕਵਰ ਪਸ਼ੋਰਾ ਸਿੰਘ ਨੂੰ 1745 ਦੇ ਵਿੱਚ ਗ੍ਰਫਤਾਰ ਕਰਕੇ ਤੇ ਅਟਕ ਦਰਿਆ ਦੇ ਕੰਢੇ 22 ਸਾਲ ਦੇ ਉਸ ਨੌਜਵਾਨ ਨੂੰ ਵੀ ਵੱਢ ਕੇ ਉਹਦਾ ਸਿਰ ਅਟਕ ਦਰਿਆ 'ਚ ਸੁੱਟ ਦਿੱਤਾ। 1744 ਚ ਡੋਗਰਿਆਂ ਨੇ ਬੜੀ ਚਾਲ ਦੇ ਨਾਲ ਇਹ ਗੱਲ ਫਲਾ ਦਿੱਤੀ ਕਿ ਸਿੱਖ ਫੌਜਾਂ ਦੇ ਵਿੱਚ ਬਗਾਵਤ ਹੋ ਗਈ ਹੈ ਤੇ ਉਹ ਬਗਾਵਤ ਤਾਂ ਹੀ ਦਬਾਈ ਜਾ ਸਕਦੀ ਹੈ ਜੇ ਬਾਬਾ ਬੀਰ ਸਿੰਘ ਨਰੰਗਾਬਾਦ ਵਾਲੇ ਉਸ ਦੇ ਵਿੱਚ ਮਦਦ ਕਰਨ ਤੇ। ਬਾਬਾ ਬੀਰ ਸਿੰਘ ਨਰੰਗਾਬਾਦ ਵਾਲਿਆਂ ਨੂੰ ਸੁਨੇਹਾ ਭੇਜਿਆ ਗਿਆ ਕਿ ਜੇਕਰ ਤੁਸੀਂ ਸਰਦਾਰ ਅਤਰ ਸਿੰਘ ਨੂੰ ਬੁਲਾ ਲਵੋ ਤਾਂ ਉਹ ਆ ਕੇ ਇਸ ਬਗਾਵਤ ਨੂੰ ਖਤਮ ਕਰ ਸਕਦਾ ਹੈ। ਸਰਦਾਰ ਅਤਰ ਸਿੰਘ ਉਸ ਵੇਲੇ ਪੰਜਾਬ ਤੋਂ ਬਾਹਰ ਜਾ ਚੁੱਕਾ ਸੀ ਤੇ ਡੋਗਰਿਆਂ ਦੇ ਮਨ ਦੇ ਵਿੱਚ ਸਭ ਤੋਂ ਵੱਡਾ ਇਹੀ ਖਤਰਾ ਸੀ ਕਿ ਜੇਕਰ ਅਤਰ ਸਿੰਘ ਵਾਪਸ ਆ ਗਿਆ ਤਾਂ ਉਹ ਦੁਬਾਰਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਾਨ ਪਾ ਸਕਦਾ ਹੈ ਸੋ ਉਹਨੂੰ ਖਤਮ ਕਰਨਾ ਬੜਾ ਜ਼ਰੂਰੀ ਸੀ ਉਸ ਨੂੰ ਖਤਮ ਕਰਨ ਦੇ ਵਾਸਤੇ ਡੇਰੇ ਦੇ ਵਿੱਚ ਬਾਬਾ ਵੀਰ ਸਿੰਘ ਦੇ ਕੋਲੋਂ ਮਿਲਾਇਆ ਗਿਆ ਜਦੋਂ ਬਾਬਾ ਵੀਰ ਸਿੰਘ ਉਹਨਾਂ ਦੇ ਕੋਲ ਪਹੁੰਚਿਆ ਤਾਂ ਉਸ ਵੇਲੇ ਡੋਗਰਿਆਂ ਨੇ 25000 ਫੌਜ ਤੇ 50 ਤੋਪਾਂ ਦਾ ਘੇਰਾ ਪਾ ਕੇ ਸਾਰੇ ਡੇਰੇ ਨੂੰ ਉਡਾ ਦਿੱਤਾ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਦੇ ਵਿੱਚ ਬੈਠੇ ਪਈ ਬਾਬਾ ਬੀਰ ਸਿੰਘ ਜੀ ਵੀ ਸ਼ਹੀਦ ਹੋ ਗਏ अनेका ਹੋਰ ਸਿੰਘ ਸ਼ਹੀਦ ਹੋਏ ਮਾਝਾ ਰਣਜੀਤ ਸਿੰਘ ਦਾ ਚੌਥਾ ਪੁੱਤਰ ਕਮਰ ਕਸ਼ਮੀਰ ਸਿੰਘ ਵੀ ਉਸ ਜੰਗ ਦੇ ਵਿੱਚ ਸ਼ਹੀਦ ਹੋ ਗਿਆ ਇੱਕ ਪੁੱਤਰ ਰਹਿ ਗਿਆ ਦਲੀਪ ਸਿੰਘ ਛੋਟੀ ਉਮਰ ਦੇ ਵਿੱਚ ਜਿਸ ਨੇ ਧਿਆਨ ਸਿੰਘ ਡੋਗਰੇ ਨੂੰ ਕਤਲ ਕੀਤਾ ਗਿਆ ਤਾਂ ਉਸ ਵੇਲੇ ਜਦੋਂ ਧਿਆਨ ਸਿੰਘ ਡੋਗਰਾ ਕਤਲ ਕਰਨ ਤੋਂ ਬਾਅਦ ਸਿੰਘ ਵਾਪਸ ਆ ਰਹੇ ਨੇ ਤਾਂ ਉਹਦੇ ਕੁਝ ਹੋਰ ਅੰਗ ਰੱਖਿਆ ਗਿਆ ਨੇ ਪੁੱਛਿਆ ਕਿ ਹੁਣ ਕੀ ਹੋਵੇਗਾ ਤਾਂ ਉਸ ਤੋਂ ਬਾਅਦ ਸਿੱਖ ਸਰਦਾਰਾਂ ਦੇ ਕੋਲ ਇੱਕੋ ਜਵਾਬ ਸੀਗਾ ਕਿ ਮਹਾਰਾਜਾ ਦਲੀਪ ਸਿੰਘ ਨੂੰ ਮਹਾਰਾਜਾ ਬਣਾਇਆ ਜਾਵੇ। ਧਿਆਨ ਸਿੰਘ ਡੋਗਰੇ ਦੇ ਖੂਨ ਦੇ ਨਾਮ ਮਹਾਰਾਜਾ ਦਲੀਪ ਸਿੰਘ ਦਾ ਛੋਟੀ ਉਮਰ ਦੇ ਵਿੱਚ ਰਾਸਤੇ ਲਕ ਕੀਤਾ ਗਿਆ। ਪਰ ਇਸ ਸਾਰੇ ਘਟਨਾਕਰਮ ਦੇ ਵਿੱਚ ਜਿਹੜਾ ਬੜਾ ਇੱਕ ਸਾਜ਼ਿਸ਼ੀ ਵਿਧੀ ਦੇ ਨਾਲ ਸਿੱਖ ਜਰਨੈਲਾਂ ਦਾ ਸਿੱਖ ਮਹਾਰਾਜਾ ਤੇ ਉਸ ਖਾਨਦਾਨ ਦਾ ਜਿਹੜਾ ਇਹ ਲਗਾਤਾਰ ਕਤਲੇਆਮ ਹੋ ਰਿਹਾ ਸੀ ਉਸ ਤੇ ਵਿੱਚ ਕੁਝ ਗੁਰਸਿੱਖਾਂ ਨੇ ਐਸਾ ਰੋਲ ਨਿਭਾਇਆ ਕਿ ਉਹਨਾਂ ਨੇ ਆਪਣੇ ਅੰਤਮ ਸਵਾਸਾਂ ਤੱਕ ਇਹ ਯਤਨ ਜਾਰੀ ਰੱਖਿਆ। ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਡੁੱਬਦੀ ਹੋਈ ਸਿੱਖ ਰਾਜ ਦੀ ਬੇੜੀ ਨੂੰ ਬਚਾ ਲਿਆ ਜਾਵੇ ਸੋ ਇਹ ਗੱਲ ਕਿੱਥੋਂ ਸ਼ੁਰੂ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਸ ਵੇਲੇ ਖਾਲਸਾ ਪੰਥ ਨੂੰ ਖੰਡੇ ਬਾਟੇ ਦੀ ਪਾਹੁਲ ਦਿੱਤੀ ਤਾਂ ਉਸ ਵੇਲੇ ਭਾਈ ਦਿਆਲ ਸਿੰਘ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸੀਸ ਪੇੜ ਦਿੱਤਾ ਜਦੋਂ ਗੁਰੂ ਪਾਤਸ਼ਾਹ ਨੇ ਅੰਮ੍ਰਿਤ ਛਕਾਉਣ ਦੀ ਸਾਰੀ ਵਿਧੀ ਦਾ ਇੰਚਾਰਜ ਪੰਜ ਪਿਆਰਿਆਂ ਨੂੰ ਥਾ ਦਿੱਤਾ ਤਾਂ ਉਸ ਵੇਲੇ ਪੰਜ ਪਿਆਰਿਆਂ ਦੇ ਕੋਲੋਂ ਭਾਈ ਸੋਭਾ ਸਿੰਘ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ ਭਾਈ ਸੋਭਾ ਸਿੰਘ ਦੇ ਹੱਥੋਂ ਗੁਰਨਾਨਕ ਸਾਹਿਬ ਦੇ بیٹے ਭਾਈ ਲక్ష్ਮੀ ਚੰਦ ਦੀ ਚੱਲ ਰਹੀ ਪੀੜੀ ਦੇ ਵਿੱਚੋਂ ਬਾਬਾ ਸਾਹਿਬ ਰਾਏ ਜਿਨ੍ਹਾਂ ਦਾ ਨਾਂ ਸੀ ਅਮਰ ਸ਼ਕਨ ਤੋਂ ਬਾਅਦ ਬਾਬਾ ਸਾਹਿਬ ਸਿੰਘ 베ਦੀ ਬਣੇ ਉਹਨਾਂ ਨੇ ਖੰਡੇ ਬਾਟੇ ਦੀ ਪਾਹੁਲ ਲਈ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਲਕ ਸੀ ਉਹ ਵੀ ਬਾਬਾ ਸਾਹਿਬ ਸਿੰਘ 베ਦੀ ਦੇ ਹੱਥੋਂ ਹੋਇਆ ਤੁਸੀਂ ਜੇਕਰ ਪ੍ਰਾਣੇ ਗੋਰਿਆਂ ਦੀਆਂ ਕਿਤਾਬਾਂ ਨੂੰ ਪੜੋਗੇ ਤੇ ਉਹਨਾਂ ਦੇ ਵਿੱਚ ਫਾਊਂਡਰ ਆਫ ਸਿੱਖ ਰੂਲ ਲਿਖਿਆ ਜਾਂਦਾ ਹੈ ਬਾਬਾ ਸਾਹਿਬ ਸਿੰਘ 베ਦੀ ਦੇ ਬਾਰੇ ਕਿਉਂਕਿ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਲਕ ਕੀਤਾ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਸਿੱਖ ਮਿਸਲਾਂ ਨੂੰ ਇਕੱਠੇ ਕਰਨ ਦੀ ਤੇ ਰਾਜ ਦੇ ਵਿੱਚ ਵਧੀਆ ਭੂਮਿਕਾ ਨਿਭਾਈ। ਉਹਨਾਂ ਦੇ ਕੋਲੋਂ ਅਮਰਤ ਛਕਿਆ ਬਾਬਾ ਬੀਰ ਸਿੰਘ ਜੀ ਨਰੰਗਾਬਾਦ ਵਾਲੇ ਦਾ। ਬਾਬਾ ਬੀਰ ਸਿੰਘ ਨਰੰਗਾਬਾਦ ਵਾਲੇ ਜੀ ਇਹਨਾਂ ਦਾ ਡੇਰਾ ਜਿਹੜਾ ਸੀਗਾ ਨਰੰਗਾਬਾਦ ਦੇ ਵਿੱਚ ਸੀਗਾ ਅੰਮ੍ਰਿਤਸਰ ਤੋਂ ਕਾਫੀ ਦੂਰੀ ਦੇ ਉੱਪਰ। ਉਸ ਡੇਰੇ ਦੇ ਵਿੱਚ ਕੇਵਲ ਤੇ ਕੇਵਲ ਅਧਿਆਤਮਿਕ ਬਾਦ ਦਾ ਸਿਮਰਨ ਨਹੀਂ ਸੀ ਕਰਾਇਆ ਜਾਂਦਾ ਉੱਥੇ ਸਿੱਖਾਂ ਨੂੰ ਜੰਗੀ ਟ੍ਰੇਨਿੰਗ ਦਿੱਤੀ ਜਾਂਦੀ ਸੀ। 1500 ਜਵਾਨ ਹਰ ਵੇਲੇ ਉਸ ਡੇਰੇ 'ਚ ਰਹਿੰਦੇ ਸੀ। ਉਸ ਡੇਰੇ ਦੇ ਵਿੱਚ ਸ਼ਸਤਰ ਵਿੱਦਿਆ ਘੋੜਸਵਾਰੀ ਤੇ ਛੋਟੀਆਂ ਤੋਪਾਂ ਤੱਕ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਵੀ ਉਸ ਡੇਰੇ ਦਾ ਇੰਨਾ ਸਤਕਾਰ ਕਰਦਾ ਸੀ ਤੇ ਡੋਗਰੇ ਵੀ ਡੇਰੇ ਤੋਂ ਇੰਨੇ ਡਰਦੇ ਸੀ ਕਿ ਜੇ ਕੋਈ ਜੰਗੀ ਕੈਦੀ ਭੱਜ ਕੇ ਉਸ ਡੇਰੇ ਦੇ ਵਿੱਚ ਪਨਾਹ ਲੈ ਲ ਜਾਵੇ ਤਾਂ ਆਮ ਕਿਸੇ ਦੀ ਯੂਰਤ ਨਹੀਂ ਸੀ ਕਿ ਉਸ ਡੇਰੇ ਦੇ ਵਿੱਚ ਉਸ ਕੈਦੀ ਨੂੰ ਵਾਪਸ ਲਿਆ ਜਾਵੇ ਜਾਂ ਕਿਸੇ ਰਾਜਨੀਤਿਕ ਸ਼ਰਨ ਪ੍ਰਾਪਤ ਕਿਸੇ ਨੂੰ ਉਸ ਡੇਰੇ ਦੇ ਵਿੱਚੋਂ ਵਾਪਸ ਲੈ ਲਿਆ ਜਾਵੇ ਸੋ ਉਸ ਡੇਰੇ ਦੇ ਵਿੱਚ ਬਾਬਾ ਬੀਰ ਸਿੰਘ ਨਰੰਗਾਵਾਦ ਵਾਲਿਆਂ ਨੇ ਜਿੱਥੇ ਸਿੱਖੀ ਦਾ ਪ੍ਰਚਾਰ ਕੀਤਾ ਉੱਥੇ ਨਾਲ-ਨਾਲ ਹੀ ਸ਼ਸਤਰ ਵਿੱਦਿਆ ਦਾ ਘੋੜਸਵਾਰੀ ਦਾ ਔਰ ਸ਼ਸਤਰਾਂ ਨੂੰ ਬਣਾਉਣ ਦਾ ਤੇ ਨਿਰਮਾਣ ਦਾ ਕੰਮ ਵੀ ਉੱਥੇ ਸਿੱਖ ਫੌਜਾਂ ਨੂੰ ਸਿਖਾਉਣਾ ਸ਼ੁਰੂ ਕੀਤਾ ਜਦੋਂ 1744 ਦੇ ਵਿੱਚ ਡੋਗਰਿਆਂ ਨੇ ਘੇਰਾ ਪਾਇਆ ਔਰ ਬਾਬਾ ਵੀਰ ਸਿੰਘ ਨਰੰਗਾਬਾਦ ਵਾਲੇ ਉਹ ਸ਼ਹਾਦਤ ਪ੍ਰਾਪਤ ਕਰ ਗਏ ਉਸ ਵੇਲੇ ਦਾ ਜ਼ਿਕਰ ਸ਼ਾ ਮੁਹੰਮਦ ਨੇ ਆਪਣੀ ਕਿਤਾਬ ਜਿਹੜੀ ਉਹ ਚ ਕੀਤਾ ਵੀਰ ਸਿੰਘ ਨੂੰ ਮਾਰਿਆ ਡਾਹ ਟੋਪਾਂ ਨਹੀਂ ਛੱਡਿਆ ਛਾੜ ਤੇ ਸੰਤਮੀਆ ਸੋ ਉਸ 19 1844 ਦੀ ਉਸ ਘਟਨਾ ਤੋਂ ਬਾਅਦ 1846 ਦੇ ਵਿੱਚ ਸਭਰਾਵਾਂ ਦੀ ਲੜਾਈ ਹੋਈ ਇਸ ਤੋਂ ਪਹਿਲਾਂ ਤਿੰਨ ਲੜਾਈਆਂ ਸਿੰਘ ਹਾਰ ਚੁੱਕੇ ਸੀ ਉਹਨਾਂ ਲੜਾਈਆਂ ਦੇ ਵਿੱਚ ਮਹਾਰਾਣੀ ਜਿੰਦਾ ਨੇ ਸ਼ਾਮ ਸਿੰਘ ਔਟਾਰੀ ਵਾਲੇ ਨੂੰ ਇੱਕ ਚਿੱਠੀ ਲਿਖੀ ਕਿ ਸ਼ਾਮ ਸਿੰਘ ਰਟਾਰੀ ਵਾਲੇ ਕੌਮ ਦੇ ਜ਼ਰਨੇਲਾ ਅੱਜ ਤੂੰ ਆਪਣੀ ਤੇਗ ਨੂੰ ਮਿਆਂ ਦੇ ਵਿੱਚ ਪਾ ਕੇ ਕਿਉਂ ਬੈਠਾ ਹੋਇਆ ਹੈ ਜੇਕਰ ਤੂੰ ਅੱਜ ਵੀ ਆਪਣੀ ਸ਼ਮਸ਼ੀਰ ਨੂੰ ਬੇਮਿਆਨ ਨਾ ਕੀਤਾ ਤਾਂ ਵੇਖੀ ਕੁਝ ਦਿਨਾਂ ਤੱਕ ਤੇਰੇ ਕਮਰ ਨੋਂ ਨਿਹਾਲ ਦੀ ਮੜੀ ਦੇ ਉੱਪਰ ਅੰਗਰੇਜ਼ੀ ਰਾਜ ਦਾ ਝੰਡਾ ਚੁਲੇਗਾ ਤੇਰੇ ਸ਼ੇਰੇ ਪੰਜਾਬ ਦੇ ਫੁੱਲ ਮੜੀ ਚੋਂ ਕੱਢ ਕੇ ਉਹਦੇ ਉੱਪਰ ਗੋਰੇ ਆਪਣੇ ਬੂਟਾਂ ਦੇ ਨਾਲ ਤੁਰੇ ਫਿਰਨਗੇ ਜੇਕਰ ਤੂੰ ਆਪਣੇ ਰਾਜ ਨੂੰ ਬਚਾਉਣਾ ਹੈ ਤਾਂ ਮੈਦਾਨੇ ਜੰਗ ਵਿੱਚ ਆ ਕੇ ਆਪਣੀ ਸ਼ਮਸ਼ੀਰ ਨੂੰ ਬੇਮਿਆਨ ਕਰ ਕੌਮ ਦਾ ਇਹ ਜਰਨੈਲ ਬਜ਼ੁਰਗੀ ਅਵਸਥਾ ਦੇ ਵਿੱਚ ਚਿੱਟੇ ਬਸਤਰ ਪਹਿਨ ਕੇ ਔਰ ਚਿੱਟੀ ਘੋੜੀ ਤੇ ਸਵਾਰ ਹੋ ਕੇ ਸਭਰਾਵਾ ਦੇ ਮੈਦਾਨੇ ਜੰਗ ਦੇ ਵਿੱਚ ਆ ਗਿਆ ਆਪਣੀ ਸ਼ਮਸ਼ੀਰ ਨੂੰ ਬੇਮਿਆਨ ਕਰਕੇ ਘਰੋਂ ਲੈ ਕੇ ਆ ਔਰ ਆਪਣਾ ਮਿਆਨ ਆਪਣੇ ਘਰ ਸਾਹਮਣੇ ਟੰਗ ਕੇ ਗਿਆ ਕਹਿੰਦਾ ਮੇਰੀ ਆਉਣ ਵਾਲੀ ਉਮਤ ਨੂੰ ਦੱਸ ਦੇਵੀ ਕਿ ਤੁਹਾਡਾ ਵਡੇਰਾ ਕੌਮੀ ਆਜ਼ਾਦੀ ਦੇ ਜੰਗ ਦੇ ਵਿੱਚ ਘਰੋਂ ਸ਼ਹੀਦ ਹੋਣ ਵਾਸਤੇ ਗਿਆ ਸੀ ਸ਼ਾਮ ਸਿੰਘ ạtਾਰੀ ਸਭਰਾਵਾ ਦੇ ਮੈਦਾਨ ਦੇ ਵਿੱਚ ਪਹੁੰਚਿਆ ਤਾਂ ਉਸ ਵੇਲੇ ਸਿੱਖ ਫੌਜ ਨੇ ਬੜਾ ਜੋਸ਼ ਮਹਿਸੂਸ ਕੀਤਾ ਇੰਜ ਲੱਗਾ ਜਿਵੇਂ ਹਾਰੀ ਜੰਗ ਹੁਣ ਜਿੱਤ ਵਾਲੇ ਪਾਸੇ ਤੁਰ ਪਈ ਹੈ ਪਰ ਉਸੇ ਵੇਲੇ ਡੋਗ ਰਿਆ ਨੇ ਧੋਖਾ ਕੀਤਾ ਮਿਸਰ ਤੇਜਾ ਸਿੰਘ ਤੇ ਮਿਸਰ ਲਾਲ ਸਿੰਘ ਜਿਹੜਾ ਸਿੱਖ ਫੌਜਾਂ ਨੂੰ ਬਰੂਦ ਸਪਲਾਈ ਕਰਕੇ ਗਏ ਸੀ ਉਸ ਬਰੂਦ ਦੀ ਜਗ੍ਹਾ ਦੇ ਉੱਪਰ ਸਰੋਂ ਨਿਕਲੀ ਤੋਪਾਂ ਦੇ ਵਿੱਚ ਉਹ ਬਰੂਦ ਨਹੀਂ ਸੀ ਉਹ ਸਰੋਂ ਦੇ ਥੈਲੇ ਨਿਕਲੇ ਜਦੋਂ ਸਿੱਖ ਫੌਜੀਆ ਨੇ ਪਿੱਛੇ ਵੱਖਰਾ ਮੋਰਚਾ ਮਲਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜਾ ਪਿੱਛੇ ਦਾ ਪੁਲ ਸੀ ਉਹ ਵੀ ਤੋੜ ਦਿੱਤਾ ਗਿਆ ਹੁਣ ਸਾਹਮਣੇ ਅੰਗਰੇਜ਼ ਫੌਜਾਂ ਸੀ ਔਰ ਪਿੱਛੇ ਪਾਣੀ ਸੀ ਅਖੀਰ ਤੱਕ ਜਿਹੜੀਆਂ ਖਾਲਸਾ ਫੌਜਾਂ ਸੀ ਲੜੀਆਂ ਔਰ ਇੱਕ ਵੀ ਸਿਪਾਹੀ ਜਿੱਤ ਕੇ ਜਾਂ ਜਿੰਦਾ ਵਾਪਸ ਨਾ ਆ ਸਕਿਆ ਸਾਰੇ ਸਿੱਖ ਫੌਜੀ ਉਥੇ ਅੰਗਰੇਜ਼ਾਂ ਦੇ ਨਾਲ ਜੂਸਦੇ ਹੋਏ ਸ਼ਹੀਦ ਹੋ ਗਏ ਬਹੁਤ ਅੰਗਰੇਜ਼ ਅਫਸਰ ਵੀ ਮਰੇ ਤੁਸੀਂ ਇਹਨਾਂ ਦੀਆਂ ਕਿਤਾਬਾਂ ਦੇ ਵਿੱਚ ਪੜ੍ਹ ਸਕਦੇ ਹੋ ਕਿ ਕਿੰਨੀਆਂ ਕੈਜ਼ੂਐਲਟੀ ਜਿਹੜੀਆਂ ਸੀਗੀਆਂ ਸਭਰਾਵਾਂ ਦੀ ਜੰਗ ਦੇ ਵਿੱਚ ਹੋਈਆਂ ਪਰ ਉਸ ਜੰਗ ਦੇ ਵਿੱਚ ਕੁਝ ਜਿਹੜੇ ਸਿੱਖ ਜਰਨੈਲ ਸੀ ਉਹ ਨਿਕਲੇ ਜਿਨ੍ਹਾਂ ਦੇ ਵਿੱਚੋਂ ਭਾਈ ਮਹਾਰਾਜ ਸਿੰਘ ਵੀ ਇੱਕ ਸੀ ਭਾਈ ਮਹਾਰਾਜ ਸਿੰਘ ਕੋਲੀ ਘੋੜੀ ਦੇ ਉੱਪਰ ਸਵਾਰ ਹੋ ਕੇ ਉਸ ਮੈਦਾਨੇ ਜੰਗ ਦੇ ਵਿੱਚ ਆਇਆ ਔਰ ਸਭ ਤੋਂ ਪਹਿਲਾਂ ਭਾਈ ਮਹਾਰਾਜ ਸਿੰਘ 1844 ਵਾਲੀ ਜਿਹੜਾ ਨਰੰਗਾਬਾਦ ਦੇ ਡੇਰੇ ਦੇ ਉੱਪਰ ਘੇਰਾ ਪਾਇਆ ਉਸ ਦੇ ਵਿੱਚੋਂ ਵੀ ਨਿਕਲਿਆ ਕਿਉਂਕਿ ਬਾਬਾ ਵੀਰ ਸਿੰਘ ਹੁਣਾਂ ਨੇ ਆਪਣੀ ਸ਼ਹਾਦਤ ਦੇ ਸਮੇਂ ਡੇਰੇ ਦੀ ਜਿਹੜੀ ਸਾਰੀ ਕਮਾਂਡ ਹੈ ਭਾਈ ਮਹਾਰਾਜ ਸਿੰਘ ਨੂੰ ਦੇ ਦਿੱਤੀ ਭਾਈ ਮਹਾਰਾਜ ਸਿੰਘ ਦਾ ਜਨਮ ਮਲੌਤ ਦੇ ਨੇੜੇ ਇੱਕ ਪਿੰਡ ਦੇ ਵਿੱਚ ਹੋਇਆ ਕੁਝ ਵੀਰਾਂ ਦਾ ਵਿਚਾਰ ਹੈ ਕਿ ਉਸ ਪਿੰਡ ਦੇ ਵਿੱਚ ਭਾਈ ਸਾਹਿਬ ਦਾ ਜਨਮ ਨਹੀਂ ਹੋਇਆ ਬਲਕਿ ਭਾਈ ਸਾਹਿਬ ਉਸ ਪਿੰਡ ਦੇ ਵਿੱਚ ਨਿਰਮਲਿਆਂ ਦੇ ਡੇਰੇ 'ਚ ਰਹਾ ਕਰਦੇ ਸਨ ਇਹਨਾਂ ਨੇ ਬਾਬਾ ਸਾਹਿਬ ਸਿੰਘ 베ਦੀ ਦੇ ਬੇਟੇ ਵਿਕਰਮ ਸਿੰਘ 베ਦੀ ਦੇ ਨਾਲ ਇਕੱਠਿਆਂ ਹੀ ਬਾਬਾ ਖੁਦਾ ਸਿੰਘ ਕੋਲੋਂ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਦੇ ਕੋਲੋਂ ਅੰਮ੍ਰਿਤ ਪਾਨ ਕੀਤਾ ਔਰ ਇਹ ਇਕੱਠੇ ਹੀ ਸਿੱਖ ਰਾਜ ਦੇ ਸੰਘਰਸ਼ ਦੇ ਵਾਸਤੇ ਲੜਦੇ ਰਹੇ ਭਾਈ ਮਹਾਰਾਜ ਸਿੰਘ ਨੇ ਜਦੋਂ ਖਾਲਸਾ ਫੌਜਾਂ ਦੀਆਂ ਸਾਰੀਆਂ ਇਹ ਲੜਾਈਆਂ ਵੇਖ ਲਈਆਂ ਖਾਲਸਾ ਫੌਜ ਦੀ ਹਾਰ ਵੇਖੀ ਸਿੱਖ ਰਾਜ ਦਾ ਅਸਤ ਹੁੰਦਾ ਸੂਰਜ ਵੇਖਿਆ ਤਾਂ ਉਹਨਾਂ ਨੇ ਆਪਣੇ ਮਨ ਦੇ ਵਿੱਚ ਪ੍ਰਣ ਕੀਤਾ ਕਿ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ ਨੂੰ ਦੁਬਾਰਾ ਪੰਜਾਬ ਦਾ ਰਾਜਾ ਬਣਾਉਂਗਾ ਬੜੀਆਂ ਉਹਨਾਂ ਨੇ ਉਸ ਵੇਲੇ ਪਿੰਡ ਪਿੰਡ ਜਾ ਕੇ ਪ੍ਰਚਾਰ ਸ਼ੁਰੂ ਕੀਤਾ ਔਰ ਉਸ ਵੇਲੇ ਇੱਕ ਸਭ ਤੋਂ ਵੱਡੀ ਸਾਜ਼ਿਸ਼ ਜਿਸ ਦੇ ਵਿੱਚ ਇਹ ਘੜੀ ਗਈ ਕਿ ਉਸ ਵੇਲੇ ਦੇ ਅੰਗਰੇਜ਼ਾਂ ਦਾ ਜਿਹੜਾ ਅਹਿਲਕਾਰ ਆ ਲਾਰੈਂਸ ਹੈਨਰੀ ਉਹਦੇ ਨਾਲ ਡੋਗਰੇ ਇਹਨਾਂ ਸਾਰਿਆਂ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਮੀਟਿੰਗ ਕਰਨੀ ਹੈ ਉਸ ਤੋਂ ਬਾਅਦ ਇਹਨਾਂ ਨੇ ਲਾਹੌਰ ਜਾਣਾ ਇਹਨਾਂ ਸਾਰਿਆਂ ਨੂੰ ਖਤਮ ਕਰ ਦਿੱਤਾ ਜਾਵੇ ਇਹ ਸਾਜ਼ਿਸ਼ ਸੀੜੀ ਸੀ ਜਿਸ ਨੂੰ ਪ੍ਰੇਮਾ ਕੌਨਸਪਰੇਸੀ ਦੇ ਨਾਂ ਦੇ ਨਾਲ ਇਤਿਹਾਸ 'ਚ ਜਾਣਿਆ ਜਾਂਦਾ ਹੈ ਇਸ ਪ੍ਰੇਮਾ ਸਾਜ਼ਿਸ਼ ਦੇ ਵਿੱਚ ਬਹੁਤ ਵੱਡੀ ਪਲੈਨਿੰਗ ਤਿਆਰ ਕੀਤੀ ਗਈ ਪਰ ਕਿਸੇ ਦੀ ਮੁਖਰਬੀ ਕਰਕੇ ਇਹ ਜਿਹੜੀ ਸਾਜ਼ਿਸ਼ ਸੀ ਕਾਮਯਾਬ ਨਾ ਹੋ ਸਕੇ। ਔਰ ਇਸ ਸਾਜ਼ਿਸ਼ ਦੇ ਵਿੱਚ ਹਿੱਸਾ ਲੈਣ ਦੇ ਦੋਸ਼ੀ ਸਹਰਾ ਕੇ ਭਾਈ ਮਹਾਰਾਜ ਸਿੰਘ ਦੇ ਕੁਝ ਆਦਮੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਭਾਈ ਮਹਾਰਾਜ ਸਿੰਘ ਦੇ ਨਾਲ ਜਿਹੜੇ ਸਰਦਾਰ ਵਿਕਰਮ ਸਿੰਘ 베ਦੀ ਸੀ ਉਹਨਾਂ ਨੂੰ ਅਮਰਸਰ ਦੀ ਜੇਲ੍ਹ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। ਚਾਰ ਪੰਜ ਸਿੰਘ ਹੋਰ ਗ੍ਰਿਫਤਾਰ ਕਰ ਲਏ ਗਏ ਪਰ ਭਾਈ ਮਹਾਰਾਜ ਸਿੰਘ ਨੇ ਆਪਣਾ ਮਿਸ਼ਨ ਨਹੀਂ ਛੱਡਿਆ। ਉਹ ਉਸ ਵੇਲੇ ਰੂਪੋਸ਼ ਹੋ ਗਏ ਔਰ ਉਹਨਾਂ ਸਮਿਆਂ ਦੇ ਵਿੱਚ ਅੰਗਰੇਜ਼ੀ ਸਰਕਾਰ ਵੱਲੋਂ ਭਾਈ ਮਹਾਰਾਜ ਸਿੰਘ ਦੇ ਸਿਰ ਦਾ ਮੁੱਲ 10000 ਰੁਪਇਆ ਐਲਾਨਿਆ ਗਿਆ। ਉਹਨਾਂ ਨੇ ਜਗ੍ਹਾ-ਜਗ੍ਹਾ ਤੇ ਜਾ ਕੇ ਮਾਜੇ ਦੇ ਵਿੱਚ ਖਾਸ ਕਰਕੇ ਉਹਨਾਂ ਨੂੰ ਇਕੱਤਰ ਕਰਨਾ ਸ਼ੁਰੂ ਕੀਤਾ। ਜਗ੍ਹਾ-ਜਗ੍ਹਾ ਜਾ ਕੇ ਉਹਨਾਂ ਨੇ ਜਥੇ ਤਿਆਰ ਕੀਤੇ। ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਤੋਂ ਬਾਹਰ ਜਾ ਕੇ ਗੋਲਾ ਬਰੂਦ ਇਕੱਠਾ ਕਰਨਾ ਸ਼ੁਰੂ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਰਾਮਨੰਗਰ ਦੇ ਕਿਲੇ ਦੇ ਉੱਪਰ ਕੋਈ ਸਿੰਘਾਂ ਨੂੰ ਲੈ ਕੇ ਕਬਜ਼ਾ ਕੀਤਾ। ਉਹ ਕਬਜਾ ਉਹਨਾਂ ਨੇ ਇਸ ਕਰਕੇ ਕੀਤਾ ਕਿ ਉਹ ਚਾਹੁੰਦੇ ਸੀ ਕਿ ਬੜੀ ਛੋਟੀ ਉਮਰ ਦੇ ਵਿੱਚ ਜਿਹੜਾ ਇਹ ਸਿੱਖਾਂ ਦਾ ਰਾਜਾ ਮਹਾਰਾਜਾ ਦਲੀਪ ਸਿੰਘ ਨੂੰ ਬਣਾਇਆ ਗਿਆ ਉਹ ਚਾਹੁੰਦੇ ਸੀ ਕਿ ਦਲੀਪ ਸਿੰਘ ਨੂੰ ਉੱਥੋਂ ਕਿਡਨੈਪ ਕਰਕੇ ਅਦਵਾ ਕਰਕੇ ਇਸ ਕਿਲੇ ਦੇ ਵਿੱਚ ਲੈ ਆਂਦਾ ਜਾਵੇ ਤੇ ਸਾਰਾ ਕੌਮੀ ਸੰਘਰਸ਼ ਜਿਹੜਾ ਹੈ ਉਹ ਸਿੱਖ ਮਹਾਰਾਜੇ ਦੀ ਕਮਾਂਡ ਦੇ ਵਿੱਚ ਲੜਿਆ ਜਾਵੇ ਉਹਦੇ ਵਾਸਤੇ ਇਤਿਹਾਸ ਦੇ ਵਿੱਚ ਬੜੇ ਸਰੋਤ ਸਾਡੇ ਕੋਲ ਮੌਜੂਦ ਨੇ ਕਿ ਉਹ ਸਾਜ਼ਿਜ ਜਿਹੜੀ ਸੀ ਉਹਦੇ ਵਾਸਤੇ ਹਥਿਆਰ ਇਕੱਠੇ ਗਏ ਕੁਝ ਚੌਕੀਆਂ ਲੁੱਟੀਆਂ ਗਈਆਂ ਅੰਗਰੇਜ਼ੀ ਚੌਕੀਆਂ ਦੇ ਵਿੱਚੋਂ ਹਥਿਆਰ ਲੈ ਗਏ ਪਰ ਉਹ ਸਾਜ਼ਿਸ਼ ਜਿਹੜੀ ਸੀ ਉਹ ਵੀ ਕਾਮਯਾਬ ਨਾ ਹੋ ਸਕੀ ਤੇ ਉਹਨਾਂ ਦੇ ਨਾਲ ਦੇ 20 ਸਾਥੀ ਹੋਰ ਗ੍ਰਿਫਤਾਰ ਕਰ ਲਏ ਗਏ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਸਰਕਾਰ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਕਿ ਜਿਹੜੇ ਇਹ ਸਿੱਖ ਨੇ ਦੁਬਾਰਾ ਕਿਤੇ ਉਹਨਾਂ ਨੂੰ ਆਪਣੇ ਨਾਲ ਮਿਲਾ ਕੇ ਫਿਰ ਹਕੂਮਤ ਦੇ ਖਿਲਾਫ ਕਿਸੇ ਵੱਡੀ ਬਗਾਵਤ ਦਾ ਝੰਡਾ ਨਾ ਚੁੱਕ ਲੈਣ ਭਾਈ ਮਹਾਰਾਜ ਸਿੰਘ ਜਿਹੜੇ ਸੀਗੇ ਉਹ ਛੋਟੀਆਂ-ਛੋਟੀਆਂ ਲੜਾਈਆਂ ਲੜਦੇ ਰਹੇ ਔਰ ਬਹੁਤ ਥਾਵਾਂ ਦੇ ਉੱਪਰ ਉਹਨਾਂ ਨੇ ਅੰਗਰੇਜ਼ੀ ਚੌਕੀਆਂ ਦੇ ਉੱਪਰ ਹਮਲੇ ਵੀ ਕੀਤੇ ਔਰ ਹੈਰਾਨਗੀ ਦੀ ਗੱਲ ਹੈ ਕਿ ਉਸ ਸਮੇਂ ਜਿੰਨਾ ਸਮਿਆਂ ਦੇ ਵਿੱਚ ਪਾਹੀ ਮਹਾਰਾਜ ਸਿੰਘ ਨੇ ਬਾਬਾ ਵਿਕਰਮ ਸਿੰਘ ਹੁਣਾਂ ਦੇ ਨਾਲ ਅੰਮ੍ਰਿਤ ਛਕਿਆ ਇਹਨਾਂ ਪਹਿਲਾਂ ਦਾ ਨਾਮ ਇੰਦਨਿਹਾਲ ਸਿੰਘ ਸੀ ਜਦੋਂ ਇਹਨਾਂ ਨੇ ਅੰਮ੍ਰਿਤ ਛਕਿਆ ਤੇ ਇਹਨਾਂ ਦਾ ਨਾਮ ਭਗਵਾਨ ਸਿੰਘ ਰੱਖਿਆ ਗਿਆ ਪਰ ਜਦੋਂ ਇਹ ਬਾਬਾ ਵੀਰ ਸਿੰਘ ਨਰੰਗਾਪਾੜ ਦੇ ਡੇਰੇ ਦੇ ਵਿੱਚ ਆਏ ਤਾਂ ਇੰਨੀ ਨਿਰਮਾਣਤਾ ਸੀ ਇਹਨਾਂ ਦੇ ਅੰਦਰ ਕਿ ਹਰ ਇੱਕ ਨੂੰ ਮਹਾਰਾਜ ਜੀ ਕਹਿ ਕੇ ਸੰਬੋਧਨ ਕਰਿਆ ਕਰਦੇ ਸੀ ਤੋਂ ਆਮ ਸਿੱਖ ਫੌਜਾਂ ਦੇ ਵਿੱਚ ਸਿੱਖ ਸੇਵਾਦਾਰਾਂ ਦੇ ਵਿੱਚ ਤੇ ਸਿੱਖ ਡੇਰੇ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਸੀ ਉਨ੍ਹਾਂ ਦੇ ਵਿੱਚ ਇਹਨਾਂ ਦਾ ਨਾਮ ਮਹਾਰਾਜ ਜੀ ਹੀ ਪ੍ਰਚਲਿਤ ਹੋ ਗਿਆ ਤੇ ਅੰਗਰੇਜ਼ੀ ਫੌਜ ਨੇ ਵੀ ਅਖੀਰ ਤੱਕ ਇਹਨਾਂ ਨੂੰ ਇਹਨਾਂ ਦਾ ਐਲਾਨ ਸਿਰਦਾ ਕੋਸ਼ਤ ਕਰਨ ਤੱਕ ਇਹਨਾਂ ਦੇ ਖਿਲਾਫ ਮੁਹਿੰਮਾਂ ਦੇ ਵਿੱਚ ਔਰ ਅਖੀਰ ਤੱਕ ਇਹੀ ਸ਼ਬਦ ਵਰਤੇ ਨੇ ਮਹਾਰਾਜ ਸਿੰਘ ਕੁਝ ਥਾਵਾਂ ਉੱਪਰ ਤੇ ਉਹਨਾਂ ਨੇ ਸਿੱਖਾਂ ਦਾ ਗੁਰੂ ਸ਼ਬਦ ਵੀ ਵਰਤਿਆ ਹੈ ਕਿ ਇਹਨਾਂ ਨੇ ਇੰਨੀ ਜ਼ਿਆਦਾ ਮਿਹਨਤ ਦੇ ਨਾਲ ਦੁਬਾਰਾ ਪੰਜਾਬ ਦੇ ਪਿੰਡਾਂ ਵਿੱਚ ਜਾ ਜਾ ਕੇ ਇੱਕ ਬਗਾਵਤ ਨੂੰ ਖੜੀ ਕਰਨ ਦੀ ਭੂਮਿਕਾ ਨਿਭਾਈ ਕਿ ਇਹਨਾਂ ਨੂੰ ਉਹਨਾਂ ਨੇ ਕੁਝ ਥਾਵਾਂ ਤੇ ਗੁਰੂ ਸ਼ਬਦ ਵੀ ਲਿਖਿਆ ਹੈ ਕਿਉਂਕਿ ਲੋਕ ਇਹਨਾਂ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਹੁੰਦੇ ਸੀਗੇ ਕਿ ਜਿਹੜਾ ਵੀ ਇਹਨਾਂ ਦੇ ਵਿਚਾਰ ਨੂੰ ਸੁਣਦਾ ਸੀ ਉਹ ਆਪਣੇ ਖੁੱਸੇ ਹੋਏ ਰਾਜ ਨੂੰ ਦੁਬਾਰਾ ਪ੍ਰਾਪਤ ਕਰਨ ਦੇ ਵਾਸਤੇ ਤੁਰ ਪੈਂਦਾ ਸੀ ਸੋ ਇਹਨਾਂ ਪਿੰਡ-ਪਿੰਡ ਜਾ ਕੇ ਪ੍ਰਚਾਰ ਕੀਤਾ ਰਾਮਨਗਰ ਦੇ ਕਿਲੇ ਦੇ ਉੱਪਰ ਕਬਜ਼ਾ ਕੀਤਾ ਅੰਗਰੇਜ਼ਾਂ ਦੇ ਵੱਲੋਂ ਇੱਕ ਸਪੈਸ਼ਲ ਫੋਰਸ ਬਣਾਈ ਗਈ ਜਿਨ੍ਹਾਂ ਦਾ ਇਹੀ ਕੰਮ ਸੀਗਾ ਕਿ ਉਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਭਾਈ ਮਹਾਰਾਜ ਸਿੰਘ ਨੂੰ ਗ੍ਰਿਫਤਾਰ ਕਰਨਾ ਹੈ ਡੋਗਰਿਆਂ ਦੇ ਰਾਹੀਂ ਰਾਮਨਗਰ ਦੇ ਕਿਲੇ ਦਾ ਕਬਜ਼ਾ ਵੀ ਇਹਨਾਂ ਦੇ ਕੋਲੋਂ ਜਾਂਦਾ ਰਿਹਾ ਉਸ ਤੋਂ ਬਾਅਦ ਇਹਨਾਂ ਨੇ ਜੰਮੂ ਉਸ ਤੋਂ ਬਾਅਦ ਚੰਬੀ ਉਸ ਤੋਂ ਬਾਅਦ ਜਸਵਾਲ ਪਿੰਡ ਦੇ ਵਿੱਚ ਛੋਟੇ-ਛੋਟੇ ਆਪਣੀਆਂ ਗੜੀਆਂ ਬਣਾ ਕੇ ਕਿਸੇ ਨਾ ਕਿਸੇ ਦਾ ਆਪਣੇ ਆਪ ਨੂੰ ਜਥੇਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਡੋਗਰਿਆਂ ਦੀਆਂ ਨੀਤੀਆਂ ਅੰਗਰੇਜ਼ਾਂ ਦੀ ਤਾਕਤ ਉਹਨਾਂ ਦੇ ਸਾਹਮਣੇ ਕੇਵਲ ਇੱਕ ਮਨੁੱਖ ਦੀ ਜਿਹੜੀ ਬਗਾਵਤ ਹੈ ਉਹ ਕੋਈ ਬਹੁਤ ਵੱਡੀ ਅਹਿਮੀਅਤ ਨਹੀਂ ਸੀ ਰੱਖਦੀ ਪਰ ਸਾਡੇ ਵਾਸਤੇ ਉਹ ਇਸ ਕਰਕੇ ਅਹਿਮੀਅਤ ਰੱਖਦੀ ਹੈ ਕਿ ਗੁਰੂ ਕਾ ਖਾਲਸਾ ਇਕੱਲਾ ਹੀ ਦੁਨੀਆ ਦੀ ਉਸ ਹਕੂਮਤ ਦੇ ਨਾਲ ਟੱਕਰ ਲੈ ਰਿਹਾ ਸੀ ਜਿਸ ਦੇ ਬਾਰੇ ਕਿਹਾ ਜਾਂਦਾ ਸੀ ਕਿ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਸੂਰਜ ਨਹੀਂ ਡੁੱਬਦਾ ਭਾਈ ਮਹਾਰਾਜ ਸਿੰਘ ਹਰ ਥਾਂ ਤੇ ਸੰਘਰਸ਼ ਕਰਦੇ ਰਹੇ ਅਖੀਰ ਜਲੰਧਰ ਦੇ ਨੇੜੇ ਆਦਮਪੁਰ ਦੇ ਵਿੱਚ ਇਹ ਕੁਝ ਆਪਣੇ ਸਾਥੀਆਂ ਦੇ ਨਾਲ ਖੇਤਾਂ ਦੇ ਵਿੱਚ ਬੈਠੇ ਹੋਏ ਸੀ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਾ ਲਿਆ ਤੱਕਿਆ ਜਦੋਂ ਅਸੀਂ ਪ੍ਰਾਤਨ ਸਰੋਤ ਪੜ੍ਹਦੇ ਆ ਤਾਂ ਉਹਨਾਂ ਦੇ ਵਿੱਚ ਲਿਖਿਆ ਹੈ ਕਿ ਇੱਕ ਹਿੰਦੂ ਮੁਖਬਰ ਨੇ ਭਾਈ ਸਾਹਿਬ ਦੀ ਮੁਖਬਰੀ ਕੀਤੀ ਤੇ ਉਸ ਨੇ ਜਾ ਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਇਸ ਜਗ੍ਹਾ ਦੇ ਉੱਪਰ ਬਾਬਾ ਮਹਾਰਾਜ ਸਿੰਘ ਬੈਠੇ ਹੋਏ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਿਹੜੇ ਹੁਣ ਨਵੇਂ ਸਰੋਤ ਅਸੀਂ ਪੜ੍ਹ ਰਹੇ ਹਾਂ ਉਹਨਾਂ ਦੇ ਵਿੱਚ ਲਿਖਿਆ ਮੁਹੰਮਦਨ ਇਨਫੋਰਮਰ ਸੋ ਆ ਜਾ ਕੇ ਜਿਹੜੀਆਂ ਇਹ ਗੱਲਾਂ ਉਹਨਾਂ 'ਚ ਜਿੱਥੇ ਬਦਲਾ ਆ ਰਿਹਾ ਹੈ ਉੱਥੇ ਭਾਈ ਮਾਰਾ ਸਿੰਘ ਦੇ ਜੀਵਨ ਦੇ ਉੱਪਰ ਜਿੰਨੀ ਖੋਜ ਕੀਤੀ ਜਾਣੀ ਚਾਹੀਦੀ ਹੈ ਉਹ ਵੀ ਅਜੇ ਤੱਕ ਪੂਰਨ ਰੂਪ ਦੇ ਵਿੱਚ ਸਾਹਮਣੇ ਨਹੀਂ ਆਈ ਭਾਈ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੀ ਗ੍ਰਿਫਤਾਰੀ ਤੇ ਉਹ ਤੋਂ ਬਾਅਦ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਨਾਲ ਹੋਈ ਗੱਲਬਾਤ ਤੋਂ ਬਾਅਦ ਹੀ ਇਹ ਜਿਹੜੇ ਰਿਮਾਰਕਸ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਉਹ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਦਿੱਤੇ ਕਿ ਭਾਈ ਮਹਾਰਾਜ ਸਿੰਘ ਦੀ ਜਿਹੜੀ ਸ਼ਖਸੀਅਤ ਹੈ ਉਹਦੀ ਇੰਨੀ ਪ੍ਰਭਾਵੀ ਖੇਚ ਹੈ ਉਹਦੇ ਅੰਦਰ ਇੰਨੀ ਦ੍ਰਿੜਤਾ ਹੈ ਔਰ ਉਹ ਇੰਨੀ ਨੌਜਵਾਨਾਂ ਦੇ ਵਿੱਚ ਚੇਤਨਾ ਪ੍ਰਗਟ ਕਰਨ ਦੀ ਸਮਰੱਥਾ ਰੱਖਦਾ ਹੈ ਕਿ ਉਹਦੇ ਬੋਲਾਂ ਨੂੰ ਸੁਣ ਕੇ ਉਹਦੇ ਚਿਹਰੇ ਨੂੰ ਤੱਕ ਕੇ ਉਹਦੇ ਵਿਖਿਆਨ ਨੂੰ ਸੁਣ ਕੇ ਲੋਕ ਇਸ ਤਰ੍ਹਾਂ ਤਿਆਰ ਹੁੰਦੇ ਨੇ ਜਿਵੇਂ ਸ਼ਮ੍ਮਾ ਦੇ ਉੱਪਰ ਜਲਣ ਦੇ ਵਾਸਤੇ ਪਤੰਗੇ ਤਿਆਰ ਹੁੰਦੇ ਹੋਣ ਇਹਨਾਂ ਨੂੰ ਬੜਾ ਇੱਕ ਖਤਰਾ ਨਾ ਬਾਕੀ ਸਮਝਾਇਆ ਗਿਆ ਲੁਕਲਕੱਤੇ ਲੈ ਜਾ ਕੇ ਇਹਨਾਂ ਦੇ ਉੱਪਰ ਬ੍ਰਿਟਿਸ਼ ਰਾਜ ਦੇ ਖਿਲਾਫ ਬਗਾਵਤ ਦਾ ਕੇਸ ਚੱਲਿਆ ਉਸ ਰਾਜ ਦੀ ਬਗਾਵਤ ਦੇ ਕੇਸ ਦੇ ਵਿੱਚ ਇਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਦੇ ਕੇ ਇਹਨਾਂ ਨੂੰ ਸਿੰਗਾਪੁਰ ਤੋਰ ਦਿੱਤਾ ਗਿਆ ਉਹ ਇਹਨਾਂ ਦੇ ਬਾਰੇ ਹੀ ਸ਼ਬਦ ਸੀ ਜਿਹੜੇ ਉਸ ਵੇਲੇ ਸਿੰਗਾਪੁਰ ਨੂੰ ਤੋਰਨ ਲੱਗਿਆਂ ਜਹਾਜ਼ ਦੇ ਕੈਪਟਨ ਨੂੰ ਜਿਹੜੇ ਕਹੇ ਗਏ ਕਿ ਇਸ ਕੈਦੀ ਦੀਆਂ ਬੇੜੀਆਂ ਤੇ ਹੱਥ ਘੜੀਆਂ ਡੂੰਘੇ ਸਮੁੰਦਰ ਦੇ ਪਾਣੀ 'ਚ ਲੈ ਜਾ ਕੇ ਖੋਲਣੀਆਂ ਨੇ ਉਸ ਤੋਂ ਬਾਅਦ ਇਹਨਾਂ ਨੂੰ ਔਰ ਇਹਨਾਂ ਦੇ ਇੱਕ ਸਾਥੀ ਭਾਈ ਖੜਕ ਸਿੰਘ ਨੂੰ ਇਹਨਾਂ ਨੂੰ ਸਿੰਗਾਪੁਰ ਦੀ ਜੇਲ੍ਹ ਦੇ ਵਿੱਚ ਕੈਦ ਕਰ ਦਿੱਤਾ ਗਿਆ ਸਿੰਗਾਪੁਰ ਦੀ ਜੇਲ੍ਹ ਦੇ ਵਿੱਚ ਇਹਨਾਂ ਨੂੰ ਜਿਵੇਂ ਦਾ ਖਾਣਾ ਦਿੱਤਾ ਗਿਆ ਔਰ ਜਿਸ ਤਰ੍ਹਾਂ ਦਾ ਤਸ਼ੱਦਦ ਇਹਨਾਂ ਦੇ ਉੱਪਰ ਕੀਤਾ ਗਿਆ 2 ਸਾਲ ਬਾਅਦ ਇਹਨਾਂ ਦੀ ਅੱਖਾਂ ਦੀ ਨਜ਼ਰ ਬਿਲਕੁਲ ਬੰਦ ਹੋ ਗਈ ਜਿਹੜੇ ਉਸ ਵੇਲੇ ਦੇ ਮੈਡੀਕਲ ਰਿਪੋਰਟਸ ਜਿਹੜੀਆਂ ਨੇ ਸਿੰਗਾਪੁਰ ਦੇ ਜੇਲ੍ਹ ਸੁਪਰਡੈਂਟ ਦੇ ਵੱਲੋਂ ਤੇ ਉੱਥੋਂ ਦੇ ਮੈਡੀਕਲ ਡਾਕਟਰ ਦੇ ਵੱਲੋਂ ਉਹ ਜਿਹੜੀਆਂ ਇੱਥੇ ਭੇਜੀਆਂ ਜਾ ਰਹੀਆਂ ਸੀ ਇੰਡੀਆ ਦੇ ਵਿੱਚ ਉਹ ਅੱਜ ਵੀ ਮੌਜੂਦ ਨੇ ਇੱਥੇ ਬ੍ਰਿਟਿਸ਼ ਲਾਇਬ੍ਰੇਰੀ ਦੇ ਵਿੱਚ ਹੀ ਪਈਆਂ ਨੇ ਉਨ੍ਹਾਂ ਦੇ ਵਿੱਚ ਲਿਖਿਆ ਕਿ ਜਿਹੜਾ ਸਿੱਖ ਕੈਦੀ ਫੜ ਕੇ ਲਿਆਂਦਾ ਹੈ ਮਹਾਰਾਜ ਸਿੰਘ ਉਹਦੀ ਜ਼ੁਬਾਨ ਦੇ ਵਿੱਚੋਂ ਲਗਾਤਾਰ ਖੂਨ ਵਗ ਰਿਹਾ ਹੈ ਉਹਦੇ ਗਲੇ ਦੇ ਉੱਪਰ ਸੋਜ ਪਈ ਹੋਈ ਹੈ ਉਹਦੀਆਂ ਅੱਖਾਂ ਦੀ ਰੋਸ਼ਨੀ ਬਿਲਕੁਲ ਜਾਂਦੀ ਰਹੀ ਹੈ ਜੇਕਰ ਤੁਸੀਂ ਸਾਨੂੰ ਇਜਾਜ਼ਤ ਦੇਵੋ ਤਾਂ ਅਸੀਂ ਕੁਛ ਚਿਰ ਇਹਨੂੰ ਬਾਹਰ ਜੇਲ੍ਹ ਤੋਂ ਫਿਰਨ ਦੇ ਵਾਸਤੇ ਲਿਜਾਇਆ ਜਾਵੇ ਪਰ ਉਸ ਵੇਲੇ ਜਿਹੜੇ ਭਾਰਤੀ ਹਕੂਮਤ ਕਰ ਰਹੇ ਅੰਗਰੇਜ਼ ਸੀ ਉਹਨਾਂ ਨੇ ਵਾਪਸੀ ਚਿੱਠੀ ਲਿਖੀ ਕਿ ਬਹੁਤ ਹੀ ਖਤਰਨਾਕ ਕੈਦੀ ਹੈ ਇਸ ਨੂੰ ਕਦੀ ਵੀ ਬਾਹਰ ਨਾਲ ਲਾਇਆ ਜਾਵੇ 1856 ਦੇ ਵਿੱਚ अनेका ਤਸੀਹੇ ਸਹਿੰਦੇ ਹੋਏ ਇਹ ਭਾਈ ਮਹਾਰਾਜ ਸਿੰਘ ਜੀ ਸਿੰਗਾਪੁਰ ਦੀ ਜੇਲ੍ਹ ਦੇ ਵਿੱਚ ਅਕਾਲ ਚਲਾਣਾ ਕਰ ਗਏ ਇਹਨਾਂ ਦੇ ਅਕਾਲ ਚਲਾਣੇ ਦੇ ਉੱਪਰ ਇਹਨਾਂ ਦੇ ਸਾਥੀ ਭਾਈ ਖੜਕ ਸਿੰਘ ਨੇ ਕੀਰਤਨ ਸੁਹੱਲੇ ਦਾ ਪਾਠ ਕੀਤਾ ਔਰ ਅੰਤਮ ਰਸਮਾਂ ਕੀਤੀਆਂ ਉੱਥੇ ਸਿੰਗਾਪੁਰ ਦੇ ਵਿੱਚ ਹੀ ਇਹਨਾਂ ਦਾ ਅੰਤਿਮ ਸੰਸਕਾਰ ਕਰਕੇ ਇਹਨਾਂ ਦੀ ਯਾਦਗਾਰ ਬਣਾਈ ਹੋਈ ਹੈ ਉਸ ਤੋਂ ਬਾਅਦ 1968 ਦੇ ਵਿੱਚ ਸਿੱਖਾਂ ਨੇ ਉੱਥੇ ਨਿਸ਼ਾਨ ਸਾਹਿਬ ਲਗਾਇਆ ਤੇ ਹੁਣ ਇਹਨਾਂ ਦੇ ਨਾਮ ਦੇ ਉੱਪਰ ਗੁਰਦਾਰਾ ਸਾਹਿਬ 'ਸੇ ਸ਼ੋਭਤ ਹੈ। ਸੋ ਇਹ ਕੌਮ ਦਾ ਉਹ ਜਰਨਲ ਸੀ ਜਿਹੜਾ ਉਸ ਹਕੂਮਤ ਦੇ ਨਾਲ 191844 ਤੋਂ ਲੈ ਕੇ 1850 ਤੱਕ ਲਗਾਤਾਰ 6 ਸਾਲ ਟੱਕਰ ਲੈਂਦਾ ਰਿਹਾ ਇਸ ਕਰਕੇ ਕਿ ਉਹ ਚਾਹੁੰਦਾ ਸੀ ਕਿ ਸਿੱਖਾਂ ਦਾ ਚਿਆ ਹੋਇਆ ਰਾਜ ਦੁਬਾਰਾ ਸਿੱਖਾ ਦੀ ਝੋਲੀ ਵਿੱਚ ਪੈ ਜਾਵੇ ਤੇ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ ਨੂੰ ਦੁਬਾਰਾ ਉਸ ਦੀ ਗੱਦੀ ਦੇ ਉੱਪਰ ਬਿਠਾ ਸਕਾਂ ਸੋ ਇੱਕ ਕੱਲੇ ਬਨੁਖ ਦੀ ਕਹਾਣੀ ਸੀ ਕਿ ਉਹ ਮਨੁੱਖ ਸਭ ਤੋਂ ਪਹਿਲਾਂ ਨਰੰਗਾ ਬਾਦ ਦੇਖੇ ਬਾਬਾ ਬੀਰ ਸਿੰਘ ਦੇ ਨਾਲ ਡੋਗਰਿਆਂ ਦੇ ਖਿਲਾਫ ਲੜਿਆ ਉਸ ਤੋਂ ਬਾਅਦ ਉਹ ਮੁਦਕੀ ਦੀ ਲੜਾਈ ਦੇ ਵਿੱਚ ਲੜਿਆ ਸਭਰਾਵਾਂ ਦੀ ਲੜਾਈ ਦੇ ਵਿੱਚ ਲੜਿਆ ਚੇਲੇਆਣਿਆਂ ਦੀ ਲੜਾਈ ਦੇ ਵਿੱਚ ਲੜਿਆ ਔਰ ਉਸ ਤੋਂ ਬਾਅਦ ਉਹਨੇ ਜੀਵਨ ਦਾ ਇੱਕ ਹੋਰ ਬਹੁਤ ਵੱਡਾ ਕਾਰਜ ਕੀਤਾ ਉਸ ਨੇ ਉਸ ਵੇਲੇ ਮਲਤਾਨ ਦੇ ਨਵਾਬ ਮੂਲਰਾਜ ਦੇ ਨਾਲ ਸੰਪਰਕ ਕੀਤਾ ਕਿਉਂਕਿ ਮੂਲਰਾਜ ਨੇ ਉਸ ਵੇਲੇ ਅੰਗਰੇਜ਼ੀ ਰਾਜ ਦੇ ਖਿਲਾਫ ਥੋੜੀ ਜਿਹੀ ਬਗਾਵਤ ਕੀਤੀ ਸੀ ਬਾਬਾ ਮਹਾਰਾਜ ਸਿੰਘ ਨੇ ਮੂਲਰਾਜ ਦੇ ਨਾਲ ਸੰਪਰਕ ਕਾਇਮ ਕੀਤਾ ਔਰ ਉਹਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਇਕਰਾਰ ਕੀਤਾ ਪਰ ਇੱਕ ਗੁਜਰਾਤ ਦੀ ਲੜਾਈ ਦੇ ਵਿੱਚ 1800 ਤੇ 49 ਦੇ ਵਿੱਚ ਜਿਹੜਾ ਮੂਲਰਾਜ ਸੀ ਉਹ ਵੀ ਉਸ ਲੜਾਈ ਦੇ ਵਿੱਚ ਜਿਹੜਾ ਸੀਗਾ ਭੱਜ ਗਿਆ ਉਹਦੇ ਨਾਲ ਦਾ ਸਾਥੀ ਜਿਹੜਾ ਰਾਜਾ ਸ਼ੇਰ ਸਿੰਘ ਸੀ ਜਾਂ ਸਰਦਾਰ ਚਤਰ ਸਿੰਘ ਦਾ ਬੇਟਾ ਉਹ ਵੀ ਮਾਰਿਆ ਗਿਆ ਉਸ ਲੜਾਈ ਦੇ ਵਿੱਚ ਹਾਰ ਤੋਂ ਬਾਅਦ ਜਿਹੜੇ ਵੱਡੇ ਵੱਡੇ ਨਵਾਬ ਸੀਗੇ ਉਹ ਅੰਗਰੇਜ਼ੀ ਰਾਜ ਦੇ ਖਿਲਾਫ ਆਪਣੇ ਸੰਘਰਸ਼ ਨੂੰ ਛੱਡ ਗਏ ਪਰ ਗੁਰੂ ਪਾਤਸ਼ਾਹ ਦਾ ਇਹ ਸਿੱਖ ਇਕੱਲਾ ਹੀ ਅੰਗਰੇਜ਼ੀ ਰਾਜ ਦੇ ਖਿਲਾਫ ਪੰਜਾਬ ਦੇ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਜੰਗਲਾਂ ਦੇ ਵਿੱਚ ਪਹਾੜਾਂ ਦੇ ਵਿੱਚ ਫਿਰ ਕੇ ਇਹ ਇਕੱਲਾ ਹੀ ਮਨੁੱਖ ਜਿਹੜਾ ਉਹ ਲੜਾਈ ਕਰਦਾ ਰਿਹਾ ਜਿਸ ਦੇ ਬਾਰੇ ਅੱਜ ਸਾਡੇ ਇਤਿਹਾਸਿਕ ਸਰੋਤਾਂ ਦੇ ਵਿੱਚ ਬਹੁਤਾ ਆទ ਜ਼ਿਕਰ ਨਹੀਂ ਦਾ ਸਾਡੀਆਂ ਕਿਤਾਬਾਂ ਦੇ ਵਿੱਚ ਉਹਨਾਂ ਦਾ ਕੋਈ ਬਹੁਤਾ ਜ਼ਿਕਰ ਨਹੀਂ ਮਿਲ ਰਿਹਾ ਕਿ ਕੌਮ ਦੇ ਇਹ ਦੋ ਜੋਧੇ ਬਾਬਾ ਖੜਕ ਸਿੰਘ ਜਿਹੜੇ ਉੱਥੇ ਸ਼ਹੀਦ ਹੋਏ ਉਹਨਾਂ ਦੇ ਸਾਥੀ ਤੇ ਭਾਈ ਮਹਾਰਾਜ ਸਿੰਘ ਇਹਨਾਂ ਦੋ ਜੜੇ ਯੋਧਿਆਂ ਨੇ ਇੱਕ ਐਸਾ ਸੰਘਰਸ਼ ਅਰੰਭਿਆ ਜਿਹੜਾ ਕਿ ਉਹਨਾਂ ਨੇ ਉਸ ਵੇਲੇ ਦੀ ਕੇਵਲ ਹਿੰਦੁਸਤਾਨ ਦੀ ਨਹੀਂ ਏਸ਼ੀਆ ਦੀ ਨਹੀਂ ਬਲਕਿ ਦੁਨੀਆ ਦੀ ਸਭ ਤੋਂ ਵੱਡੀ ਹਕੂਮਤ ਦੇ ਖਿਲਾਫ ਸੀ ਤੋਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਕੌਮ ਦੇ ਮਹਾਨ ਗੁਰਸਿੱਖਾਂ ਸ਼ਹੀਦਾਂ ਜਾਂ ਫਿਰ ਇਹਨਾਂ ਯੋਧੀਆਂ ਦੀਆਂ ਜਿਹੜੀਆਂ ਜੀਵਨੀਆਂ ਨੇ ਉਹ ਆਪਣੇ ਅਗਲੇਰੀ ਪੀੜੀ ਦੀ ਮਾਨਸਿਕਤਾ ਦਾ ਹਿੱਸਾ ਬਣਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ